ਉਸੋ ਦੇ ਲੈਕਚਰ ਉਹ ਜੋ ਉਲਟ ਹੈ ਉਹ ਨਾਲ-ਨਾਲ ਵਧਦਾ ਹੈ ਉਹ ਕੰਡੇ-ਕੰਡੇ ਚੱਲਦਾ ਹੈ ਤੁਸੀਂ ਇੱਕ ਨੂੰ ਨਹੀਂ ਵਧਾ ਸਕਦੇ ਉਹ ਦੂਜਾ ਖਾਈ ਦੀ ਤਰ੍ਹਾਂ ਹਮੇਸ਼ਾ ਸਿਖਰ ਦੇ ਕੋਲ ਮੌਜੂਦ ਹੈ ਜਿੰਨੀ ਤੁਹਾਡੀ ਨੀਤੀ ਵਧੀ ਹੈ ਉਨੀ ਅਨੀਤੀ ਵੀ ਤੁਹਾਡੇ ਕੰਡੇ ਖੜੀ ਹੈ ਜਿੰਨਾ ਤੁਹਾਡਾ ਪੁੰਨ ਵਧਦਾ ਹੈ ਉਹਨਾ ਪਾਪ ਵੀ ਤੁਹਾਡੇ ਕੰਡੇ ਖੜਾ ਹੈ ਪਾਪੀ ਨਹੀਂ gir ਸਕਦਾ ਤੁਸੀਂ gir ਸਕਦੇ ਹੋ ਜਿੰਨੀ ਹੋਵੇ શ્રેਸ਼ਟਤਾ ਉਨੀ ਨੀਚਤਾ ਦਾ ਡਰ ਜਿਨੀ ਸਿਰਜਣ ਦੀ ਸਮਰਥਾ ਵੱਧਦੀ ਹੈ ਉਨੀ ਤਬਾਹੀ ਵੀ ਵੱਧ ਜਾਂਦੀ ਹੈ ਦੋਵੇਂ ਚੀਜ਼ਾਂ ਨਾਲ-ਨਾਲ ਚਲਦੀਆਂ ਹਨ ਦੋਵੇਂ ਵਿਰੋਧੀ ਚੀਜ਼ਾਂ ਨਾਲ-ਨਾਲ ਚਲਦੀਆਂ ਹਨ ਜਿਨੀ ਤੁਹਾਡੀ ਸ਼ਾਂਤੀ ਵੱਧਦੀ ਹੈ ਇਹ ਸੁਣ ਕੇ ਹੈਰਾਨੀ ਹੋਏਗੀ ਉਨੀ ਤੁਹਾਡੀ ਕ੍ਰੋਧ ਦੀ ਸਮਰਥਾ ਵੱਧ ਜਾਂਦੀ ਹੈ ਇਹ ਬੜਾ ਉਲਟਾ ਜਾਪੇਗਾ ਅਸੀਂ ॠਸ਼ੀਆਂ ਮੁਨੀਆਂ ਦੀਆਂ ਕਥਾਵਾਂ ਪੜ੍ਹੀਆਂ ਹਨ ਜਿਨ੍ਹਾਂ ਚੋਂ ਭਿਆਨਕ ਕ੍ਰੋਧੀ ਹਨ ਤਾਂ ਉਹਦਾ ਕਾਰਨ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਜੇਕਰ ਦੁਰਭਾਸ਼ਾ ਵਰਗੇ ॠਸ਼ੀਆਂ ਦੀ ਕਥਾ ਹੈ ਤੌਹ ਦਾ ਕਾਰਨ ਹੈ ਜਿੰਨੀ ਉਹਨਾਂ ਦੀ ਸ਼ਾਂਤੀ ਵਧ ਗਈ ਓਨੀ ਉਹਨਾਂ ਦੀ ਕ੍ਰੋਧ ਦੀ ਸਮਰੱਥਾ ਵਧ ਗਈ ਉਹ ਕ੍ਰੋਧ ਨਾ ਕਰਨ ਇਹ ਵਕਰੀ ਗੱਲ ਹੈ ਬਚਾ ਲੈ ਜਾ ਇਹ ਜੁਦਾ ਗੱਲ ਹੈ ਕਰਨ ਤਾ ਉਹ ਨਾ ਜੇ ਹਾ ਕ੍ਰੋਧ ਫਿਰ ਦੂਜਾ ਨਹੀਂ ਕਰ ਸਕਦਾ ਤਾਂ ਉਹਨਾਂ ਦਾ ਕ੍ਰੋਧ ਨਤੀਜੇਕਾਰੀ ਹੋਏਗਾ ਤੁਹਾਡਾ ਕ੍ਰੋਧ ਨਤੀਜੇਕਾਰੀ ਨਹੀਂ ਹੁੰਦਾ ਇਸ ਲਈ ਅਸੀਂ ਇਹ ਮਿੱਠੀ ਗੱਲ ਸੰਕੜੇ ਕਥਾਵਾਂ 'ਚ ਜੋੜੀ ਹੈ ਕਿ ॠषि ਦਾ श्राप ਖਤਰਨਾਕ ਹੈ ਤੁਹਾਡੇ श्राप ਦਾ ਕੋਈ ਮੁੱਲ ਨਹੀਂ ਹੈ ਕਿਉਂਕਿ ਤੁਸੀਂ ਤਾਂ श्राप ਦਿੰਦੇ ਹੀ ਰਹਿੰਦੇ ਹੋ ऋषि እንዳ ਨਹੀਂ ऋषि ਤੋਂ ਸੰਭਾਵ ਨਹੀਂ ਅਸੀਂ ਨਹੀਂ ਮੰਨਦੇ ਕਿ ਉਹ श्राप ਦੇਗਾ ਲੇਕਿਨ ਜੇਕਰ ਕਦੇ ਰਿਸ਼ੀ ਤੋਂ श्राप ਹੋਏਗਾ ਤਾਂ ਉਹ ਫਲਦਾਈ ਹੋਏਗਾ ਉਹਨੂੰ ਰੋਕਣ ਦੀ ਕੋਈ ਸਮਰੱਥਾ ਫੇਰ ਕਿਤੇ ਵੀ ਨਹੀਂ ਤਾਜ਼ੀਆਂ ਕਥਾਵਾਂ ਹਨ ਸਾਡੇ ਕੋਲ ਬਹੁਤ ਮੁੱਲਵਾਨ ਬਹੁਤ ਪ੍ਰਤੀਕਾਤਮਕ ਕਿ ਰਿਸ਼ੀ ਨੇ ਜੇ श्राप ਦੇ ਦਿੱਤਾ ਤਾਂ ਫਿਰ ਭਗਵਾਨ ਵੀ ਉਹਨੂੰ ਬਦਲ ਨਹੀਂ ਸਕਦਾ ਉੱਚ ਲਣਾ ਹੀ ਪਏਗਾ ਕਿਉਂਕਿ ਇੰਨੀ ਉਚਾਈ ਤੋਂ ਦਿੱਤਾ ਗਿਆ ਹੈ ਤੇ ਜਿਹੜਾ ਆਦਮੀ ਇੰਨੀ ਉਚਾਈ ਤੋਂ ਡਿੱਗਣ ਲਈ ਰਾਜ਼ੀ ਹੋਇਆ ਜੋ ਇੰਨਾ ਖੋ ਰਿਹਾ ਹੈ ਆਪਣੇ ਸਰਾਪ ਦੇ ਪਿੱਛੇ ਉਹਦੇ ਸਰਾਪ ਦਾ ਫਲ ਹੋਏਗਾ ਜਦ ਤੁਸੀਂ ਸਰਾਪ ਦਿੰਦੇ ਹੋ ਉਹਦਾ ਕੋਈ ਫਲ ਨਹੀਂ ਹੁੰਦਾ ਕਿਉਂਕਿ ਤੁਸੀਂ ਕੁਝ ਖੋ ਨਹੀਂ ਰਹੇ ਤੁਸੀਂ ਦਾਤੇ ਕੁਝ ਲਾ ਹੀ ਨਹੀਂ ਰਹੇ ਤੁਹਾਡੀ ਗਾਲ ਨਪੁੰਸਕ ਹੈ ਤੁਹਾਡਾ ਅਸ਼ੀਰਵਾਦ ਵੀ ਵਿਅਰਥ ਹੈ ਤੁਹਾਡਾ ਸਰਾਪ ਵੀ ਵਿਅਰਥ ਹੈ ਜਦ ਅਸ਼ੀਰਵਾਦੀ ਸਮਰਥਾ ਵੱਧੀ ਹੈ ਤਾਂ ਸਰਰਾਪ ਦੀ ਸਮਰਥਾ ਵੀ ਵੱਧ ਜਾਂਦੀ ਹੈ ਉਸ ਵੇਲੇ ਸਾਵਧਾਨ ਰਹਿਣਾ ਜ਼ਰੂਰੀ ਹੈ ਸਾਰੇ ਧਰਮਾਂ ਨੇ ਕਿਹਾ ਕਿ ਸਾਧਕ ਨੂੰ ਦੂਜੇ ਦੇ ਸਬੰਧ ਵਿੱਚ ਬੁਰਾ ਵਿਚਾਰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਨਾਲ ਦੀ ਨਾਲ ਨਤੀਜੇਕਾਰ ਹੋ ਸਕਦਾ ਹੈ ਤੁਸੀਂ ਕਰਦੇ ਰਹੋ ਉਸ ਨਾਲ ਕੋਈ ਹਰਜ਼ ਨਹੀਂ ਹੁੰਦਾ ਤੁਹਾਨੂੰ ਹੁੰਦਾ ਹੋਏਗਾ ਕਿਸੇ ਹੋਰ ਨੂੰ ਨਹੀਂ ਹੋ ਸਕਦਾ ਤੁਸੀਂ ਕਿੰਨਾ ਹੀ ਸੋਚੋ ਕਿ ਫਲਾਣਾ ਆਦਮੀ ਮਰ ਜਾਏ ਤਾਂ ਚੰਗਾ ਹੈ ਕੋਈ ਤੁਹਾਡੇ ਸੋਚਣ ਨਾਲ ਮਰਨ ਵਾਲਾ ਨਹੀਂ ਲੇਕਿਨ ઋષਿ ਦੇ ਮਨ 'ਚ ਇਹ ਭਾਵ ਆ ਜਾਏ ਤਾਂ ਮੌਤ ਵਾਪਰ ਸਕਦੀ ਹੈ ਕਿਉਂਕਿ ઋષਿ ਦੇ ਮਨ 'ਚ ਇਹ ਭਾਵ ਆ ਨਹੀਂ ਸਕਦਾ ਆ ਜਾਏ ਤਾਂ ਇਹ ਵਾਪਰ ਜਾਏਗਾ ਕਿਉਂਕਿ ઋષਿ ਇਸ ਭਾਵ ਦੇ ਨਾਲ ਡਿੱਗ ਰਿਹਾ ਹੈ ਤੇ ਬਹੁਤ ਸਾਰੀ ਊਰਜਾ ਉਹਦੇ ਡਿੱਗਣ ਨਾਲ ਮੁਕਤ ਹੋ ਰਹੀ ਹੈ ਰਿਲੀਜ਼ ਹੋ ਰਹੀ ਹੈ ਉਹ ਊਰਜਾ ਤੁਹਾਡੀ ਮੌਤ ਬਣ ਸਕਦੀ ਹੈ ਉਹ ਦਾਤੇ ਖੁਦ ਨੂੰ ਲਾ ਰਿਹਾ ਹੈ ਤੁਸੀਂ ਜਦ ਕਿਸੇ ਨੂੰ ਸਰਾਪ ਦਿੰਦੇ ਹੋ ਦਾਤੇ ਤਾਂ ਕੁਝ ਵੀ ਨਹੀਂ ਲਾਉਂਦੇ ਸਿਰਫ ਮਨ ਦੇ ਖੇੜੇ ऋषि अपनी जिंदगी भर दी कमाई शायद अनेका जन्मों की कमाई दाते ला रहे है वो इतनी ऊंचाई ਤੋਂ ਡਿੱਗ ਰਿਹਾ ਕਿ ਉਹਦੇ ਡਿੱਗਣ ਚ ਸ਼ਕਤੀ ਹੈ ਤੁਹਾਨੂੰ ਪਤਾ ਹੈ ਜੇ ਨੀ ਗਤੀ ਹੋਵੇ ਉਨੀ ਸ਼ਕਤੀ ਹੋ ਜਾਂਦੀ ਹੈ ਤੇ ਜੇ ਇੱਕ ਛੋਟੇ ਜੇ ਕੰਕਰ ਨੂੰ ਵੀ ਅਸੀਂ ਪ੍ਰਕਾਸ਼ ਦੀ ਗਤੀ ਨਾਲ ਸੁੱਟ ਸਕੀਏ ਤਾਂ ਦੁਨੀਆ ਦੀ ਕੋਈ ਤਾਕਤ ਵੀ ਉਹਨੂੰ ਰੋਕ ਨਹੀਂ ਸਕੇਗੀ ਉਹ ਸਾਰੀਆਂ ਚੀਜ਼ਾਂ ਨੂੰ ਛੇਦ ਕੇ ਬਾਹਰ ਨਿਕਲ ਜਾਏਗਾ ਇੱਕ ਛੋਟਾ ਜਿਹਾ ਕੰਕਰ ਇੱਕ ਟੁਕੜਾ ਰੇਤ ਦਾ ਜੇਕਰ ਪ੍ਰਕਾਸ਼ ਦੀ ਗਤੀ ਨਾਲ ਸੁੱਟਿਆ ਜਾਏ ਤਾਂ ਉਹਦੇ ਕੋਲ ਉਹੀ ਸ਼ਕਤੀ ਹੋਏਗੀ ਜੋ ਐਟਮ ਬੰਬ ਦੇ ਕੋਲ ਹੈ ਬਸ ਗਤੀ ਦੇ ਨਾਲ ਸ਼ਕਤੀ ਵੱਧ ਜਾਂਦੀ ਹੈ ਜੇ ਬੰਦੂਕ ਦੀ ਗੋਲੀ ਤੁਹਾਨੂੰ ਮਾਰ ਸੁੱਟਦੀ ਹੈ ਤਾਂ ਸਿਰਫ ਉਹਦੇ ਅੰਦਰ ਛੁਪਿਆ ਹੋਇਆ ਵਜੂਦ ਹੀ ਨਹੀਂ ਹੈ ਜਿਸ ਗਤੀ ਨਾਲ ਸੁੱਟੀ ਜਾਂਦੀ ਹੈ ਉਹ ਗਤੀ ਵੀ ਹੈ ਕੋਈ ਇੱਥੋਂ ਹੌਲੀ ਜੀ ਤੁਹਾਨੂੰ ਸੁੱਟ ਕੇ ਮਾਰੇ ਤਾਂ ਗੋਲੀ ਹੇਠਾਂ ਡਿੱਗ ਪਏਗੀ ਕੁਝ ਹੋਏਗਾ ਨਹੀਂ ਬਾਰੂਦ ਨਹੀਂ ਹੈ ਅਸਲੀ ਚੀਜ਼ ਅਸਲੀ ਚੀਜ਼ ਗਤੀ ਹੈ ਕਿੰਨੀ ਗਤੀ ਨਾਲ ਸੁੱਟੀ ਗਈ ਹੈ ਜਦ ਰਿਸ਼ੀ ਡਿੱਗਦਾ ਹੈ ਤਾਂ ਉਸ ਚ ਗਤੀ ਹੁੰਦੀ ਹੈ ਬੜੀ ਉਚਾਈ ਤੋਂ ਡਿੱਗਣ ਦੀ ਗਤੀ ਤੇ ਜਦ ਤੁਸੀਂ ਡਿੱਗਦੇ ਹੋ ਤਾਂ ਜ਼ਮੀਨ ਉਤੇ ਟੜਮ ਕਰਕੇ ਡਿੱਗ ਪੈਂਦੇ ਹੋ ਕੋਈ ਗਤੀ ਨਹੀਂ ਹੁੰਦੀ ਜਿੱਥੇ ਖੜੇ ਸੀ ਉੱਥੇ ਡਿੱਗਦੇ ਹੋ ਤੁਹਾਡਾ ਸਰਾਪ ਗਤੀਹੀਣ ਹੈ ਇਸ ਲਈ ਦੁਰਭਾਸ਼ਾ ਦਾ ਖਤਰਾ ਹੈ ਉਹ ਕੁਝ ਕਹਿੰਦੇ ਹਨ ਤਾਂ ਫਿਰ ਉਸ ਤੋਂ ਬਚਣ ਦਾ ਕੋਈ ਉਪਾਅ ਨਹੀਂ ਹੈ ਕਿਉਂਕਿ ਕੁਝ ਕਹਿ ਕੇ ਆਪਣੀ ਤਾਕਤ ਖੋ ਰਿਹਾ ਹੈ ਉਹ ਤਾਕਤ ਕਿੱਥੇ ਜਾਏਗੀ ਇੱਕ ਗੋਲੀ ਦੀ ਤਰ੍ਹਾਂ ਦੀ ਤਾਕਤ ਤੁਹਾਡੇ ਤਰਫ ਆ ਰਹੀ ਹੈ ਇਸ ਲਈ ਸਾਰੇ ਧਰਮਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਕੋਈ ਵਿਅਕਤੀ ਧਾਰਮਿਕ ਉਚਾਈਆਂ ਵੱਲ ਵਧੇ ਉਹਦੇ ਸ਼ੀਲ ਨੂੰ ਸਾਧ ਲੈਣਾ ਚਾਹੀਦਾ ਹੈ ਨਹੀਂ ਤਾਂ ਉਹ ਖਤਰਨਾਕ ਹੈ ਬੁੱਧ ਨੇ ਤਾਂ ਨਿਯਮ ਬਣਾਇਆ ਸੀ ਕਿ ਉਹਨਾਂ ਦੇ ਭਿਕਸ਼ੂ ਹਰ ਪ੍ਰਾਰਥਨਾ ਦੇ ਬਾਅਦ ਲਾਜ਼ਮੀ ਤੌਰ ਤੇ ਪ੍ਰਾਰਥਨਾ ਵੀ ਕਰਨ ਕਿ ਮੈਨੂੰ ਜੋ ਇਸ ਪ੍ਰਾਰਥਨਾ ਤੋਂ ਮਿਲਿਆ ਉਹ ਸਾਰੇ ਜਗਤ ਨੂੰ ਵੰਡਿਆ ਜਾਏ ਮੇਰੇ ਕੋਲ ਨਾ ਰਹੇ ਇਸ ਭਾਵ ਨੂੰ 11 ਕਰਦਾ ਜਾਵੇ ਕਿ ਜੋ ਵੀ ਮੈਂ ਪਾਵਾਂ ਅਧਿਆਤਮਿਕ ਵਿੱਚ ਜੋ ਵੀ ਸ਼ਕਤੀ ਹੋਵੇ ਉਹ ਸਭ ਨੂੰ ਵੰਡੀ ਜਾਏ ਉਹ ਮੇਰੇ ਕੋਲ ਨਾ ਰਹੇ ਉਹ ਮੇਰੇ ਲਈ ਹੀ ਨਾ ਹੋਵੇ ਇਹ করুণਾ ਪ੍ਰਾਰਥਨਾ ਦੇ ਨਾਲ ਨਾਲ ਵੱਧਦੀ ਰਹੇ ਤਾਂ ਬਚਾ ਰਹੇਗਾ ਨਹੀਂ ਤਾਂ ਪ੍ਰਾਰਥਨਾ ਇਕੱਲੀ ਕਿਸੇ ਦਿਨ ਖਤਰਨਾਕ ਹੋ ਸਕਦੀ ਹੈ ਕਿਉਂਕਿ ਸ਼ਕਤੀ ਹੱਥ 'ਚ ਹੋਏਗੀ ਤੇ করুণਾ ਦਾ ਕੋਈ बोਧ ਨਹੀਂ ਹੋਏਗਾ ਤਾਂ ਬੁੱਧ ਨੇ ਕਿਹਾ ਪ੍ਰਾਰਥਨਾ ਤੋਂ ਜੋ ਵੀ ਮਿਲੇ ਤੁਸੀਂ ਉਹਨੂੰ ਰੋਜ਼ ਹੀ ਵੰਡ ਦੇਣਾ ਤੁਸੀਂ ਉਹਨੂੰ ਇਕੱਠਾ ਹੀ ਨਾ ਕਰਨਾ ਉਹ ਮੋਈ ਨਾ ਕਰਨਾ ਨੀ ਤੱਕ ਕਿਸੇ ਦਿਨ ਸ਼ਕਤੀ ਹੱਥ 'ਚ ਹੋਏਗੀ ਤੇ ਖਤਰਾ ਕੋਲ ਹੋਏਗਾ ਬਾਰੂਦ ਹੱਥ 'ਚ ਹੋਏਗਾ ਤੇ ਅੱਗ ਵੀ ਕੋਲ ਹੋਏਗੀ ਜਿਵੇਂ ਜਿਵੇਂ ਸਿਖਰ ਤੇ ਵੱਧੋਗੇ ਬਾਰੂਦ ਤੇ ਅੱਗ ਕੋਲ ਕੋਲ ਆਉਂਦੇ ਜਾਣਗੇ ਠੇਠ ਸਿਖਰ ਦੇ ਕੋਲ ਪਹੁੰਚ ਕੇ ਬਾਰੂਦ ਦੇ ਤੇ ਅੱਗ ਬਿਲਕੁਲ ਕੋਲ ਕੋਲ ਹੋਣਗੀ ਉਸੇ ਵੇਲੇ ਬਚਣਾ ਕਠਨ ਹੋ ਜਾਏਗਾ ਪਰ ਜਿੰਨਾ ਕਠਨ ਹੋਵੇ ਉਨਾ ਹੀ ਬਚਾਉਣ ਦਾ ਮਜ਼ਾ ਵੀ ਹੈ ਤੇ ਜਿੰਨਾ ਕਠਨ ਹੋਵੇ ਉਨਾ ਰਸ ਵੀ ਹੈ ਜਿੰਨਾ ਕਠਨ ਹੋਵੇ ਓਨਾ ਹੀ ਉਸ ਕਠਿਨਾਈ ਦੇ ਪਾਰ ਉੱਠਣ 'ਚ ਤੁਸੀਂ ਹੋਰ ਵੱਡੇ ਸਿਖਰ ਤੇ ਸਥਾਪਿਤ ਹੋ ਜਾਂਦੇ ਹੋ ਤੇ ਜੇ ਡਿੱਗਦੇ ਹੋ ਤਾਂ ਖਾਈ 'ਚ ਜਾ ਪੈਂਦੇ ਹੋ ਜੇ ਨਹੀਂ ਡਿੱਗਦੇ ਤਾਂ ਸਿਖਰ ਕਰੀਬ ਬਹੁਤ ਕਰੀਬ ਆ ਜਾਂਦਾ ਹੈ ਧਿਆਨ ਰੱਖਿਆ ਇਹ ਅਨੁਪਾਤ ਵਿੱਚ ਹੈ ਜਿਸ ਥਾਂ ਤੋਂ ਤੁਸੀਂ ਜਿੰਨੇ ਨੀਵੇਂ ਡਿੱਗ ਸਕਦੇ ਹੋ ਉਸ ਥਾਂ ਤੋਂ ਤੁਸੀਂ ਓਨੇ ਹੀ ਉੱਪਰ ਉੱਠ ਸਕਦੇ ਹੋ ਇਹ ਅਨੁਪਾਤ ਬਰਾਬਰ ਹੈ ਜਿਕਰ ਇੱਕ ਪਹਾੜ ਤੋਂ ਇਸ ਅਧਿਆਤਮਕ ਸਿਖਰ ਤੋਂ ਤੁਸੀਂ ਹਜ਼ਾਰਾਂ ਮੀਲ ਹੇਠਾਂ ਦੇਖ ਸਕਦੇ ਹੋ ਜੇ ਭੁੱਲ ਕਰੋ ਤੇ ਭੁੱਲ ਤੋਂ ਜੇਕਰ ਬਚ ਜਾਓ ਤਾਂ ਹਜ਼ਾਰਾਂ ਮੀਲ ਉੱਪਰ ਉੱਠ ਜਾਂਦੇ ਹੋ ਇਹ ਦੋਵੇਂ ਗੱਲਾਂ ਨਾਲ ਨਾਲ ਹਨ ਕਿਹਾ ਜਾਂਦਾ ਹੈ ਕਿ ਮਹਾਪੁਰਸ਼ ਭੁੱਲ ਨਹੀਂ ਕਰਦੇ ਇਹ ਬਿਲਕੁਲ ਗਲਤ ਹੈ ਮਹਾਪੁਰਸ਼ ਛੋਟੀ ਭੁੱਲ ਨਹੀਂ ਕਰਦੇ ਕਰਦੇ ਆ ਤਾਂ ਮਹਾਨ ਭੁੱਲ ਕਰਦੇ ਨੋ ਕਹਿੰਦੇ ਆ ਕਿ ਛੋਟੇ ਆਦਮੀ ਤੇ ਵੱਡੇ ਆਦਮੀ 'ਚ ਇਹੀ ਫਰਕ ਹੈ ਛੋਟਾ ਆਦਮੀ ਭੁੱਲ ਕਰਦਾ ਵੱਡਾ ਆਦਮੀ ਭੁੱਲ ਨਹੀਂ ਕਰਦਾ ਬਿਲਕੁਲ ਗਲਤ ਹੈ ਛੋਟੇ ਤੇ ਵੱਡੇ ਆਦਮੀ 'ਚ ਇਹੀ ਫਰਕ ਹੈ ਛੋਟਾ ਆਦਮੀ ਛੋਟੀਆਂ ਭੁੱਲਾਂ ਨਾ ਕਰੇ ਤਾਂ ਥੋੜਾ ਜਿਹਾ ਅੱਗੇ ਵਧਦਾ ਹੈ ਵੱਡਾ ਆਦਮੀ ਵੱਡੀਆਂ ਭੁੱਲਾਂ ਨਾ ਕਰੇ ਤਾਂ ਬੜਾ ਅੱਗੇ ਵਧਦਾ ਹੈ ਤੁਹਾਡੀ ਭੁੱਲ ਜਿੰਨਾ ਤੁਹਾਨੂੰ ਡੇਗਦੀ ਹੈ ਉਨਾ ਹੀ ਤੁਹਾਡੀ ਨਾ ਭੁੱਲ ਤੁਹਾਨੂੰ ਉੱਚਾ ਚੁੱਕ ਸਕਦੀ ਹੈ ਇਸ ਤੋਂ ਜ਼ਿਆਦਾ ਨਹੀਂ ਹੋ ਸਕਦਾ ਦੋਵੇਂ ਚੀਜ਼ਾਂ ਨਾਲ-ਨਾਲ ਵੱਧਦੀਆਂ ਚਲੀਆਂ ਜਾਂਦੀਆਂ ਉਹ ਦੂਜੇ ਦਾ ਖਿਆਲ ਰੱਖਣਾ ਜੋ ਤੁਹਾਡੇ ਨਾਲ ਚੱਲ ਰਿਹਾ ਤੇ ਜਿੰਨੇ ਤੁਸੀਂ ਸ਼ਕਤੀਮਾਨ ਹੋ ਰਹੇ ਹੋ ਉਨਾ ਹੀ ਉਹ ਦੂਜਾ ਵੀ ਸ਼ਕਤੀਮਾਨ ਹੋ ਰਿਹਾ ਹੈ ਇਸ ਵਿਰਾਗ ਦੇ ਛੇਨ ਵਿੱਚ ਜਰਾ ਜਿੰਨਾ ਹੰਕਾਰ ਦਾ ਬੁੱਲਾ ਝੰਝੋੜ ਕੇ ਜਗਾ ਦੇਗਾ ਬਿਜਲੀ ਦੇ ਲਿਸ਼ਕ ਜਿਹੀ ਪਾਸ ਦੀ ਹਲਕੀ ਲਹਿਰ ਵੀ ਤੇਰੇ ਤਿੰਨ પુરਸਕਾਰਾਂ ਨੂੰ ਤੇਥੋਂ ਖੋ ਲੈਗੀ ਜੋ ਤੂੰ ਮਿਹਨਤ ਨਾਲ ਜਿੱਤੇ ਹਨ ਕਿਉਂਕਿ ਤੂੰ ਜਾਣ ਕਿ ਉਹ ਸਦੀਵਤਾ 'ਚ ਕੋਈ ਛੋਟ ਨਹੀਂ ਹੈ ਉਹਦਾ ਨਿਯਮ ਸਦੀਵੀ ਹੈ ਉਸ 'ਚ ਕੋਈ ਝੂਠ ਨਹੀਂ ਹੈ ਜੇ ਤੁਸੀਂ ਬੈਲਗੱਡੀ ਉੱਤੋਂ ਡਿੱਗਦੇ ਹੋ ਤਾਂ ਵੀ ਧਰਤੀ ਦੀ ਕشش ਦਾ ਨਿਯਮ ਕੰਮ ਕਰਦਾ ਹੈ ਲੇਕਿਨ ਝੋਟੋ ਨਹੀਂ ਲੱਗਦੀ ਹੈ ਜਿੰਨੀ ਉਚਾਈ ਤੇ ਬੈਲਗੱਡੀ 'ਚ ਬੈਠੇ ਸੀ ਤੇ ਜਦ ਹਵਾਈ ਜਹਾਜ਼ ਤੋਂ ਦੇਖਦੇ ਹੋ ਤਦ ਵੀ ਉਹੀ ਨਿਯਮ ਕੰਮ ਕਰਦਾ ਹੈ ਕشش ਦਾ ਲੇਕਿਨ ਤਦ ਬਚਣ ਦਾ ਕੋਈ ਉਪਾਅ ਨਹੀਂ ਹੈ ਕਿਉਂਕਿ ਤੁਸੀਂ ਬੈਠੇ ਹਵਾਈ ਜਹਾਜ਼ 'ਚ ਸੀ ਬੈਲਗੱਡੀ 'ਚ ਨਹੀਂ ਇਸ ਲਈ ਬੈਲਗੱਡੀ ਦਾ ਗੜਵਾਨ ਅੱਖਾਂ ਬੰਦ ਕਰਕੇ ਵੀ ਦੁਪਹਿਰ ਨੂੰ ਸਫ਼ਰ ਕਰਦਾ ਹੈ ਉੱਥੇ ਕੋਈ ਬਹੁਤ ਡਰ ਨਹੀਂ ਪਟਕੇ ਵੀ ਤਾਂ ਬਹੁਤ ਬਹੁਤਾ ਨਹੀਂ ਭਟਕ ਸਕਦਾ ਨਾ ਵੀ ਪਹੁੰਚੇ ਤਾਂ ਵੀ ਮੰਜ਼ਿਲ ਬਹੁਤੀ ਦੂਰ ਨਹੀਂ ਹੋਏਗੀ ਪਹੁੰਚੀ ਜਾਏਗਾ ਉਹ ਜੋ ਬੈਲ ਗੱਡੀ ਦਾ ਗਡਵਾਨ ਹੈ ਸੌ ਵੀ ਜਾਂਦਾ ਹੈ ਤਾਂ ਵੀ ਬੈਲ ਚਲਾ ਲੈਂਦੇ ਆ ਤੁਹਾਡੇ ਜਾਗੇ ਹੋਣ ਦੀ ਬਹੁਤੀ ਲੋੜ ਨਹੀਂ ਹੈ ਦੁਕਾਨ ਤੁਹਾਡੇ ਬੈਲ ਵੀ ਚਲਾ ਲੈਂਦੇ ਆ ਬਾਜ਼ਾਰ ਤੁਹਾਡਾ ਤੁਹਾਡੇ ਬੈਲ ਵੀ ਚਲਾ ਲੈਂਦੇ ਆ ਤੁਹਾਡੀਆਂ ਇੰਦਰੀਆਂ ਵੀ ਕੰਮ ਨੂੰ ਕਰ ਲੈਂਦੀਆਂ ਜਦ ਤੁਸੀਂ ਘਰ ਪਰਤਦੇ ਹੋ ਤਾਂ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਕਿ ਰਾਹ ਕਿੱਥੋਂ ਤੋਂ ਕਿੱਥੇ ਜਾ ਰਿਹਾ ਹੈ ਸੋਚਣ ਦੀ ਵੀ ਜ਼ਰੂਰਤ ਨਹੀਂ ਪੈਰ ਖੁਦ ਹੀ ਜਾਂਦੇ ਆ ਖੜੇ ਹੋ ਕੇ ਸੋਚਣਾ ਨਹੀਂ ਪੈਂਦਾ ਕਿ ਹੁਣ ਖੱਬੇ ਮੁੜੀਏ ਕਿ ਸੱਜੇ ਮੁੜੀਏ ਪੈਰੀ ਮੁੜ ਜਾਂਦੇ ਆ ਤੇ ਜਦ ਤੁਸੀਂ ਗੱਡੀ ਡਰਾਈਵ ਕਰਦੇ ਹੋ ਤਾਂ ਹੱਥ ਹੀ ਕੰਮ ਚਲਾ ਲੈਂਦੇ ਆ ਅੱਖ ਦੀ ਵੀ ਲੋੜ ਨਹੀਂ ਪੈਂਦੀ ਮਨ ਦੀ ਵਿਚਾਰ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤੇ ਆਤਮਾ ਨੂੰ ਜਗਾਉਣ ਦਾ ਤਾਂ ਕੋਈ ਸਵਾਲ ਹੀ ਨਹੀਂ ਹੈ ਲੇਕਿਨ ਜਿੰਨੀ ਉਚਾਈ ਤੇ ਤੁਸੀਂ ਹੋ ਉਨਾ ਹੀ ਸੁਚੇਤ ਹੋਣਾ ਪਏਗਾ ਜਿਹੜੇ ਲੋਕ ਹੁਣੇ ਚੰਦ ਉੱਤੇ ਪੈਜੇ ਗਏ ਹਨ ਪੁਲਾੜ ਯਾਤਰਾ ਦੇ ਲਈ ਉਹਨਾਂ ਸਾਰਿਆਂ ਨੂੰ ਧਿਆਨ ਦੀ ਸਿੱਖਿਆ ਦੇਣੀ ਪਈ ਰੂਸ ਵਿੱਚ ਪਹਿਲੀ ਦਫਾ ਧਿਆਨ ਦੇ ਪ੍ਰਤੀ ਉਤਸੁਕਤਾ ਆਈ ਹੈ ਪੁਲਾੜ ਯਾਤਰਾ ਦੇ ਕਾਰਨ ਕਿਉਂਕਿ ਪੁਲਾੜ ਯਾਤਰੀ ਨੂੰ ਤਾਂ ਬਿਲਕੁਲ ਧਿਆਨ ਹੀ ਹੋਣਾ ਚਾਹੀਦਾ ਹੈ ਨਹੀਂ ਤਾਂ ਜ਼ਰਾ ਜਿਨੀ ਚੁੱਕ ਇੰਚ ਪਰ ਦੀ ਚੁੱਕ ਅਨੰਤ ਦਾ ਫਾਸਲਾ ਹੋ ਜਾਏਗਾ ਫਿਰ ਦੁਬਾਰਾ ਮਿਲਣ ਦਾ ਕੋਈ ਉਪਾਰ ਨਹੀਂ ਹੋਏਗਾ ਚੰ데요 ਉੱਤੇ ਉਤਰਨ ਦੀ ਘਟਨਾ ਸਿਰਫ ਯੰਤਰਿਕ ਵਿਕਾਸ ਦਾ ਹੀ ਸੱਟਾ ਨਹੀਂ ਹੈ ਧਿਆਨ ਦਾ ਵੀ ਉਸ ਚੇਨਾਂ ਹੀ ਹੱਥ ਹੈ ਕਿਉਂਕਿ ਪੁਲਾੜ ਯਾਤਰੀ ਨੂੰ ਪਲ ਪਲ ਦਾ ਬੋਧ ਰੱਖਣਾ ਜ਼ਰੂਰੀ ਹੈ ਇਕ ਪਲ ਦੀ ਚੁੱਕ ਸਭ ਚੁੱਕ ਹੋ ਸਕਦੀ ਹੈ ਤੇ ਜਰਾ ਜਿੰਨੀ ਵੀ ਪਟਕਾ ਕੇ ਸਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਸਾਡੇ ਯਾਤਰੂ ਕਿੱਥੇ ਗਏ ਤੇ ਉਹਨਾਂ ਦਾ ਕੀ ਬਣਿਆ ਉੱਥੇ ਭੁਲਚੁੱਕ ਨਹੀਂ ਚੱਲੇਗੀ ਜਿੰਨੀ ਉਚਾਈ ਵੱਧਦੀ ਹੈ ਉਨਾਂ ਹੀ ਭੁਲਚੁੱਕ ਤੋਂ ਸਾਵਧਾਨ ਹੋਣਾ ਜ਼ਰੂਰੀ ਹੈ ਤੇ ਭੁਲਚੁਕੋਨੀ ਮਹਿੰਗੀ ਹੋ ਜਾਂਦੀ ਹੈ ਉੱਚੇ ਚੜਨ ਵਾਲਾ ਆਪਣੇ ਹੱਥੀ ਖਤਰਾ ਮੁੱਲ ਲੈ ਰਿਹਾ ਹੈ ਲੇਕਿਨ ਖਤਰਿਆਂ ਤੋਂ ਬਿਨਾ ਕੋਈ ਪ੍ਰਾਪਤੀ ਵੀ ਨਹੀਂ ਉਹ ਜੋ ਨਿਯਮ ਹੈ ਤੂੰ ਜਾਣ ਕਿ ਉਸਦੀ ਵੀ ਨਿਯਮ ਵਿੱਚ ਕੋਈ ਛੋਟ ਨਹੀਂ ਹੈ ਧੰਨਵਾਦ